ਇਹਨਾਂ ਨੇ ਸਵੇਰ ਦਾ ਕੀ ਕੀਤਾ। ਸਭ ਤੋਂ ਪਹਿਲਾਂ ਸਵੇਰੇ ਲਿਫਟ ਲੱਗਣ ਵਾਲੀ ਸੀਗੀ, ਠੀਕ ਹੈ। ਲਿਫਟ ਤੁਹਾਨੂੰ ਮੈਂ ਰੈਸਟੀਬਿਊਟਰ ਦਿਖਾਤਾ ਸੀਗਾ, ਉਹ ਫਿੱਟ ਕਰਕੇ ਲਿਫਟ ਆਪਾਂ ਇਹਦੇ ਲਾ ਦਿੱਤਾ ਹੈਗਾ ਸਾਰੇ ਨਾਲ। ਕਲੱਚ ਗੇਅਰ ਮੈਂ ਤੁਹਾਨੂੰ ਸਵੇਰੇ ਦਿਖਾਤਾ ਸੀਗਾ, ਅਤੇ ਪੰਪ ਆ ਤੁਹਾਡੇ ਸਾਹਮਣੇ ਹੈਗਾ। ਇਹਦਾ ਫੋਰਡ 3000 ਦੇ ਪੰਪ ਲੱਗਣਾ ਹੈਗਾ, ਡੈਫਰਮ ਵਾਲਾ ਪੰਪ ਲੱਗਣਾ, ਐਡਵਾਂਸ DI ਕੀਤਾ ਹੈਗਾ ਇਹਦੇ ਲਈ। ਅਤੇ ਹਾਂਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ 2 ਜਨਵਰੀ ਹੈ ਅਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਅੱਜ ਜਿਹੜੇ ਜਿਹੜੇ ਕੰਮ ਹੋਣਗੇ ਸਾਰੇ ਦਿਨ ਦੇ ਵਿੱਚ, ਤੁਹਾਨੂੰ ਸਾਰੇ ਜਿਹੜੀ ਵਰਕਸ਼ਾਪ ਦੇ ਵਿੱਚ ਫੋਰਡ 3000 ਇੱਕ ਤਿਆਰ ਹੋ ਰਿਹਾ ਆਪਣਾ, ਉਹ ਸਾਰੇ ਕੰਮ ਤੁਹਾਡੇ ਨਾਲ ਸਾਂਝੇ ਕਰਾਂਗੇ। ਸ਼ਾਮ ਤੱਕ ਜੋ ਵੀ ਕੰਮ ਹੋਇਆ ਜੀ, ਜੋ ਜੋ ਕੰਮ ਕੀਤਾ, ਸਾਰੀ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਜੇ ਉਹ ਕੋਈ ਭਰਾ ਟਰੈਕਟਰ ਤਿਆਰ ਕਰਾਉਣਾ ਚਾਹੁੰਦਾ, ਸਕਰੀਨ ਦੇ ਉੱਤੇ ਸਾਡੇ ਨੰਬਰ ਆ ਰਹੇ ਨੇ, ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਈ, ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋਗੇ। ਅਤੇ ਸੰਗਰੂਰ ਦੇ ਵਿੱਚ ਸਾਡੀ ਵਰਕਸ਼ਾਪ ਹੈਗੀ, ਅਤੇ ਉਰੀ ਪੇਂਟ ਸ਼ੋਪ ਹੈ, ਇੱਕ ਛੱਤ ਲਈ ਪੇਂਟ, ਪਾਵਰ ਸਟੇਅਰਿੰਗ, ਤੇਲ ਬਰੇਕਾਂ, ਡਿਸਕ ਬਰੇਕਾਂ, ਡੂਅਲ ਕਲੱਚ, ਇੰਜਨ ਮਕੈਨੀਕਲ ਦਾ ਕੋਈ ਵੀ ਕੰਮ, ਸਾਰਾ ਕੁਝ ਇੱਕ ਛੱਤ ਲਈ ਹੁੰਦਾ ਹੈਗਾ। ਅਤੇ ਵਧੀਆ ਵਧੀਆ ਫੋਟੋ ਤਿਆਰ ਕਰਾਉਣ ਵਾਸਤੇ ਸਾਡੇ ਨਾਲ ਸੰਪਰਕ ਕਰੋ ਬਾਈ। ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਅਤੇ ਅੱਜ ਬਾਈ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਦਿਖਾਈ ਚੁੱਕਿਆ ਹੈਗਾ ਵੀ ਕੱਲ੍ਹ ਰਾਤ ਪਾਈ ਸੀ ਮੈਂ ਵੀਡੀਓ ਦੇ ਵਿੱਚ ਕੀ ਕੰਮ ਅਪਡੇਟ ਦੇ ਚੁੱਕਿਆ ਮੈਂ ਉਹਨਾਂ ਦੀ। ਅਤੇ ਹੁਣ ਇਹਦੇ ਇੱਕ ਵਾਰ ਦੁਬਾਰਾ ਦੱਸ ਦਿੰਦੇ, ਇਹ ਫੋਰਡ 3000 ਹੈ, ਇਹਦੇ ਪਿੱਛੇ ਡਿਸਕ ਬਰੇਕ ਲਾ ਰਹੇ ਹਾਂ, ਡੂਅਲ ਕਲੱਚ ਕੀਤਾ, ਐਡਵਾਂਸ DI ਇੰਜਨ ਕੀਤਾ, ਪਾਵਰ ਸਟੇਅਰਿੰਗ ਕਰਨਾ ਹੈਗਾ, ਅਤੇ ਫਿਰ ਤੋਂ ਹੋਰ 3000 ਨੂੰ 14 ਦੇ ਟਾਇਰਾਂ ਦੇ ਵਿੱਚ ਆਪਾਂ ਨੇ ਰੈਡੀ ਕਰਨਾ ਹੈਗਾ। ਅਤੇ ਇਹੀ ਇਹਦੇ ਕੰਮ ਚੱਲ ਰਹੇ ਨੇਗੇ, ਅਤੇ ਸਾਰਾ ਡਿਸਕ ਬਰੇਕ ਵਾਲਾ ਬਹੁਤ ਸਾਰਾ ਕੰਮ ਫਿੱਟ ਹੋ ਚੁੱਕਿਆ, ਡੂਅਲ ਕਰਾਊਂਡ ਪੀਨੀ ਨਵਾਂ ਪੈ ਚੁੱਕਿਆ, ਗੇਅਰ ਸਾਰੇ ਨਵੇਂ ਪੈ ਚੁੱਕੇ ਨੇਗੇ। ਅਤੇ ਉਸ ਤੋਂ ਬਾਅਦ ਅੱਜ ਇੰਜਨ ਦੀ ਵਾਰੀ, ਇੰਜਨ ਤੋਂ ਬਾਅਦ ਆਪੇ ਪਾਵਰ ਸਟੇਅਰਿੰਗ, ਸ਼ਾਮ ਤੱਕ ਇਹ ਪਾਵਰ ਸਟੇਅਰਿੰਗ ਵਾਲਾ ਕੰਮ ਸ਼ੁਰੂ ਹੋ ਜੂਗਾ। ਅਤੇ ਹੁਣ ਜਿਵੇਂ ਬਾਈ ਇਹਦਾ ਹੁਣ ਸਭ ਤੋਂ ਪਹਿਲਾਂ ਜਿਹੜਾ ਅੱਜ ਸਾਡੇ ਤੋਂ ਫਸਟ ਕੰਮ ਹੋਣ ਵਾਲਾ, ਉਹ ਹੋਣ ਵਾਲਾ ਇਹਦਾ ਲਿਫਟ ਦਾ। ਅਤੇ ਲਿਫਟ ਦੇ ਵਿੱਚ ਆਪਾਂ ਕੀ ਚੇਂਜਸ ਕਰਦੇ ਹਾਂ ਉਹ ਤੁਹਾਨੂੰ ਦਿਖਾਉਣੇ ਹੈਗੇ। ਆਪਾਂ ਇਹਦੇ ਸਭ ਤੋਂ ਪਹਿਲਾਂ ਤਾਂ ਇਹਦਾ ਪੂਰੀ ਪੂਰੀ ਕਿੱਟ ਆਉਂਦੀ ਹੈਗੀ, ਡੱਬਾ ਬੰਦ ਲਿਫਟ ਡਿਸਟ੍ਰੀਬਿਊਟਰ ਕਿੱਟ ਹੈਗੀ। ਇਹ ਆਪਾਂ ਨਾ ਥੋੜ੍ਹੀ ਜਿਹੀ ਜਿਹੜੀ ਫਾਰਮ ਟਰੈਕ 60 ਦੇ ਪੈਂਦੀ ਨਾ, ਵੱਡੇ ਮਾਡਲ ਵਾਲੀ ਪੈਂਦੀ ਹੈਗੀ, ਉਹ ਵਾਲੀ ਪਾ ਦਿੰਦੇ ਹਾਂ। ਅਤੇ ਇਹਦੀ ਕੀਮਤ ਹੈਗੀ ਹੈ ਬਾਈ 11000 ਰੁਪਇਆ। ਜ਼ਿਆਦਾਤਰ ਕੀ ਹੁੰਦਾ ਹੈਗਾ, ਜਿੰਨੀਆਂ ਵੀ ਲਿਫਟਾਂ ਕੋਈ ਜਿਵੇਂ ਮੋਡੀਫਾਈ ਹੁੰਦੇ ਨੇ ਹੈ ਟਰੈਕਟਰ, ਜਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ 2 ਲੱਖ 3 ਲੱਖ 4 ਲੱਖ 'ਚ ਟਰੈਕਟਰ ਬਣੇ ਬਣਾਏ ਮਿਲ ਜਾਂਦੇ ਨੇਗੇ, ਉੱਥੇ ਕੀ ਹੁੰਦਾ ਹੈਗਾ ਵੀ ਜਿਹੜੀਆਂ ਆਹ ਚੀਜ਼ਾਂ ਨੇਗੀਆਂ ਉਹ ਰਿਪੇਅਰ ਕਰ ਦਿੰਦੇ ਨੇ, ਜਾਂ ਫਿਰ ਜਿਵੇਂ ਪਹਿਲਾਂ ਚੱਲਦੇ ਹੁੰਦੇ ਨੇ ਬਸ ਉਵੇਂ ਛੱਡ ਕੇ ਉੱਪਰੋਂ ਪੇਂਟ ਮਾਰ ਦਿੰਦੇ ਹੈ ਨਾ। ਅਤੇ ਆਪਾਂ ਮੈਨੂੰ ਲੱਗਦਾ ਪੰਜਾਬ ਦੀ ਪਹਿਲੀ ਵਰਕਸ਼ਾਪ ਹੀ ਹੋਵਾਂਗੇ ਜਿਨ੍ਹਾਂ ਨੇ ਜਦੋਂ ਦੇ ਕੰਮ ਸ਼ੁਰੂ ਕੀਤਾ ਹੈਗਾ ਇੱਕ ਇੱਕ ਚੀਜ਼ ਦਿਖਾ ਕੇ। ਜੇ ਸਾਨੂੰ ਆਉਂਦਾ ਵੀ ਨਹੀਂ ਸੀ ਨਾ, ਅਸੀਂ ਉਹ ਵੀ ਦਿਖਾਇਆ, ਉਹ ਵੀ ਗਲਤੀਆਂ ਅਸੀਂ ਆਪਦੀਆਂ ਦਿਖਾਈਆਂ ਹੋਈਆਂ ਨੇ ਵੀ ਸਾਨੂੰ ਆਹ ਚੀਜ਼ ਉਦੋਂ ਪਤਾ ਨਹੀਂ ਸੀ ਬਾਈ। ਅਤੇ ਹੁਣ ਜਿਵੇਂ ਜਿਵੇਂ ਸਾਨੂੰ ਚੀਜ਼ਾਂ ਪਤਾ ਲੱਗੀ ਜਾ ਰਹੀਆਂ ਨੇ ਅਸੀਂ ਕੰਮ ਕਰੀ ਜਾ ਰਹੇ ਹਾਂ। ਅਤੇ ਪਹਿਲੀ ਵਰਕਸ਼ਾਪ ਹੈ ਪੰਜਾਬ ਵਿੱਚ ਬਾਈ ਜਿਹੜਾ ਸਮਾਨ ਦਿਖਾ ਕੇ ਟਰੈਕਟਰ ਦੇ ਅੰਦਰ ਕੀ ਕੰਮ ਕੀਤੇ ਨੇ ਕੰਮ ਕਰ ਦਿਆਂਗੇ। ਅਤੇ ਬਾਈ ਆਹ ਹੁਣ ਡਿਸਟ੍ਰੀਬਿਊਟਰ ਨਵਾਂ ਹੈਗਾ, ਐਵੇਂ ਸਾਰੇ ਟਰੈਕਟਰਾਂ ਦੇ ਜ਼ਿਆਦਾਤਰ ਦੇ ਜਿੰਨੇ ਹੁਣ ਸਾਡੇ ਪੈ ਰਹੇ ਨੇਗੇ ਜਾਂ ਪਹਿਲਾਂ ਵੀ ਪਏ ਨੇਗੇ ਐਵੇਂ ਪਏ ਨੇਗੇ। ਅਤੇ ਦਿਖਾਉਣੇ ਤੁਹਾਨੂੰ ਲਿਫਟ ਹੁਣ ਕੱਢੋ ਜੀ ਬਾਰੇ ਨੂੰ ਜੇ ਕਿਹਦੇ 'ਚ ਕੀ ਕੁਛ ਹੁੰਦਾ। 11000 ਦੀ ਇਹ ਕਿੱਟ ਹੈ ਨਾ, 28/7/23 ਦੀ ਪੈਕਿੰਗ ਹੈ। ਇਹ ਤੋਂ ਬਾਅਦ ਵੱਧ ਗਿਆ ਬਾਈ ਰੇਟ, ਆਪਾਂ ਨੂੰ ਜਦੋਂ ਆਉਂਦਾ ਰੇਟ ਜਾਂ ਇਹ ਚੀਜ਼ ਆਉਂਦੀ ਹੈ ਨਾ, ਉਹ ਜਿਹੜੇ ਮੌਕੇ ਦੇ ਰੇਟ ਹੁੰਦੇ ਨੇਗੇ ਉਹਦੇ 'ਤੇ ਆਉਂਦੀ ਹੈ ਬਾਈ। ਇੱਕ ਹੁਣ ਇਹ ਵਾਲੇ ਡਿਸਟ੍ਰੀਬਿਊਟਰ ਜਿਹੜਾ ਆਪਾਂ ਨਵਾਂ ਪਾ ਰਹੇ ਹਾਂਗੇ, ਅਤੇ ਜਿਹੜਾ ਫੋਰਡ 'ਤੇ ਪਹਿਲਾਂ ਆਉਂਦਾ ਓਰੀਜਨਲ, ਉਹ 'ਚ ਕੀ ਫਰਕ ਹੈ? ਇਹ ਵੱਡਾ ਜੀ, ਉਹ ਛੋਟਾ ਹੁੰਦਾ ਜੀ, ਇਹ ਉਹਦਾ ਸਾਈਜ਼ ਦਾ ਹੀ ਫਰਕ ਹੈ ਸਭ ਤੋਂ ਪਹਿਲਾਂ ਤਾਂ। ਅਤੇ ਆਪ ਹੀ ਲਿਫਟ ਕਪੈਸਿਟੀ ਦਾ ਆਪਣਾ ਫਰਕ ਪੈਣਾ ਹੈਗਾ। ਇਹ ਪੂਰੀ ਪੂਰੀ ਬਾਈ ਆ ਦੇਖੋ, ਨਹੀਂ ਕੀ ਹੁੰਦਾ ਹੈਗਾ ਜ਼ਿਆਦਾਤਰ ਜਦੋਂ ਆਪਾਂ ਰਿਪੇਅਰ ਕਰ ਦਿਆਂਗੇ, ਉਹ ਰਿਪੇਅਰ ਵਾਲਾ ਕੰਮ ਵੀ ਸਾਨੂੰ ਆਉਂਦਾ ਜੀ, ਇਕੱਲੇ ਰਿਪੇਅਰ ਵੀ ਕੋਈ ਨੇ ਕਰਾਉਣਾ ਚਾਹੁੰਦੇ ਨੇ ਇਹ ਵੀ ਕਰਾ ਕੇ ਅਸੀਂ ਕਰਨਾ ਤਾਂ ਉਹ ਵੀ ਕਰ ਦਾਂਗੇ। ਪਰ ਜਦੋਂ ਆਹ ਜੇ ਆਪਾਂ ਵਧੀਆ ਚੀਜ਼ ਤਿਆਰ ਕਰ ਰਹੇ ਤਾਂ ਆਹ ਚੀਜ਼ ਹੋਊਗੀ। ਅਤੇ ਜਦੋਂ ਆਪਾਂ ਰਿਪੇਅਰ ਕਰਦੇ ਹਾਂ ਤਾਂ ਕਿਹੜੀ ਚੀਜ਼ ਦੀ ਰਿਪੇਅਰ ਕਰਦੇ ਹੁੰਦੇ ਆਪਾਂ? ਪਿਸਟਨ ਤੇ ਪਲੈਂਜਰ ਪੈ ਜਾਂਦੇ ਨੇ, ਉਹ ਪੁਰਾਣੇ ਵਾਲੀ ਲਿਫਟ ਰਿਪੇਅਰ ਹੋ ਜਾਂਦੀ ਹੈ। ਤੇ ਹੋਰ ਕੋਈ ਚੇਂਜਿਸ ਆਪਾਂ ਕੀ ਘਸਾ ਘਸੂ ਕੇ ਬੈਲਟ ਬੁਲਟ ਕਰਕੇ ਉਹ ਲਾ ਦਿੰਦੇ ਉੱਤੇ ਕੀ ਲਾਉਂਦੇ ਮਾਲ ਲਾ ਦਿੰਦੇ ਹੁੰਦੇ ਨੇ, ਉਹ ਜਗੜ ਕੀ ਹੁੰਦਾ ਜੇ ਰਿਪੇਅਰ ਕਰਨਾ। ਹੁਣ ਆਪਾਂ ਪੂਰੀ ਦੀ ਪੂਰੀ ਕਿੱਟੀ ਪਾ ਰਹੇ ਹਾਂ, ਠੀਕ ਹੈ। ਤੇ ਇਹ ਕਿਉਂ ਪਾ ਰਹੇ? ਕਿਉਂਕਿ ਇਹ ਟਰੈਕਟਰ ਨੂੰ ਆਪਾਂ ਪੂਰਾ ਜਿਹੜਾ ਇਹਦਾ ਠੇਕਾ ਹੋਇਆ ਹੋਇਆ ਟਰੈਕਟਰ ਦਾ, ਸਿੱਧੀ ਜੀ ਗੱਲ ਕਰੀਏ ਨਾ ਤਾਂ ਪੂਰੇ ਸਾਰੇ ਟਰੈਕਟਰ ਦੇ ਨਵੇਂ ਸਮਾਨ ਪਾ ਕੇ ਦੁਬਾਰੇ ਨਵਾਂ ਬਿਲਕੁਲ ਨਵੇਂ ਵਰਗਾ ਚੱਲਦਾ ਕਰਨ ਦਾ ਠੇਕਾ ਹੋਇਆ ਹੋਇਆ। ਅਤੇ ਆਹ ਚੀਜ਼ਾਂ ਚੱਕ ਕੇ ਸਾਰੇ ਬਣਾਏ ਉੱਪਰ, ਆਹ ਡਿਸਟ੍ਰੀਬਿਊਟਰ ਪੂਰਾ ਬਾਈ ਅੰਦਰ ਲਿਫਟ ਦੇ ਥੱਲੇ ਲੱਗਦਾ ਹੈ, ਜਿੱਥੇ ਸੀਟ ਹੁੰਦੀ ਹੈ ਆਪਣੀ ਸੀਟ ਦੇ ਥੱਲੇ। ਇਹਦੀ ਕੰਪੈਸਿਟੀ ਵੱਧਦਾ ਹੈ ਇਸੇ ਤਰ੍ਹਾਂ ਨਾ, ਲਿਫਟ ਕੈਪੈਸਿਟੀ ਵੱਧਦਾ ਬਾਈ ਇਹਦੀ। ਅਤੇ ਇਸੇ ਤਰੀਕੇ ਨਾਲ ਬਾਈ ਜਿਵੇਂ ਹੁਣ ਇਹਦਾ ਕਲੱਚ ਆਇਆ ਸੀ ਡੂਅਲ ਕਲੱਚ, ਆਪਣੇ ਕੋਲ ਹੋਰ ਵੀ ਪੀਸ ਅੰਦਰ ਪਏ ਨੇ, ਪੂਰੇ ਦਾ ਪੂਰਾ ਕਲੱਚ, ਪੇਟੀ ਬੰਦ ਬ੍ਰੈਂਡ ਨਿਊ ਫਲਾਈ ਵੀਲ ਅਤੇ ਪ੍ਰੈਸ਼ਰ ਪਲੇਟ, ਉਹ ਵੀ ਪੇਟੀ ਬੰਦ। ਬਾਕੀ ਜਿਹੜਾ ਇੰਜਨ ਬਲੋਕ ਹੈ ਇਹਦੇ ਉੱਤੇ ਹੁਣ ਤੁਸੀਂ ਐਂ ਲਾ ਲਓ ਵੀ ਇਹਨਾਂ ਦਾ ਇੰਜਨ ਨੰਬਰ 84 ਲਿਖਿਆ ਹੋਇਆ ਨਾ। ਗੇਅਰ ਹਾਂਡੀ ਆਪਾਂ ਨਹੀਂ ਚੇਂਜ ਕਰਦੇ ਹੈਗੇ, ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਗੇਅਰ ਹਾਂਡੀ ਨਾ ਚੇਂਜ ਕਰੀਏ। ਗੇਅਰ ਨਵੇਂ ਪਾ ਦਿੰਦੇ, ਡੂਅਲ ਕਲੱਚ ਵਾਲੇ ਸਾਰੀ ਕਰਾਰੀਆਂ ਪਾ ਦਿੰਦੇ ਹਾਂ। 50000 ਦਾ ਇਕੱਲਾ ਗੇਅਰ ਬੰਨਿਆ ਜਾਂਦਾ ਬਾਈ ਇਹਦਾ, 50000 ਰੁਪਏ ਦਾ ਮੈਂ ਵਾਰ ਵਾਰ ਕਹਿ ਰਿਹਾ, ਇਕੱਲਾ ਗੇਅਰ ਬੰਨਿਆ ਜਾਂਦਾ। ਨਹੀਂ ਯਕੀਨ ਤਾਂ ਕੋਈ ਪਾ
ਤੇ ਇੰਜਨ ਬਾਈ ਪਿਸਟਨ ਨਵੇਂ ਪੈ ਚੁੱਕੇ ਨੇ ਫਾਰਮ ਟਰੈਕ 60 ਵਾਲੇ ਸਲੀਬਾਂ ਬੋਰ ਕਰਕੇ ਵੱਡੀਆਂ ਸਲੀਬਾਂ ਪੈ ਚੁੱਕੀਆਂ ਨੇ ਤੇ ਫਾਰਮ ਟਰੈਕ 60 ਏਡੀਏ ਐਡਵਾਂਸ ਡੀਏ ਵਾਲੇ ਦੇ ਤੇ ਪਿਸਟਨ ਪੈ ਚੁੱਕੇ ਨੇ ਤੇ ਹੁਣ ਬਾਕੀ ਸਾਰਾ ਕੰਮ ਹੋ ਗਿਆ ਆਉਂਦੇ ਨੂੰ ਅੱਜ ਸ਼ਾਮ ਨੂੰ ਦੇਖਦੇ ਆਪਾਂ ਕੀ ਕੀ ਕੰਮ ਹੁੰਦੇ ਨੇ ਤੇ ਹੁਣ ਅਗਲਾ ਕੰਮ ਗਿੰਨੀ ਹੋਰੀ ਤੇ ਬਬਲੂ ਹੋਰੀ ਸਾਰੇ ਸਾਂਭਣਗੇ ਤੇ ਮੈਂ ਚੱਲਦਾ ਆਪਣੀ ਦਿਹਾੜੀ ਤੇ ਆਪਾਂ ਜੌਬ ਕਰਕੇ ਆਉਣੇ ਆਗੇ ਤੇ 5 ਵਜੇ ਮੈਂ ਫ੍ਰੀ ਹੋ ਜਾਊਂਗਾ ਉਸ ਤੋਂ ਬਾਅਦ ਜਿਹੜੇ ਜਿਹੜੇ ਕੰਮ ਹੋ ਜਾਣਗੇ ਅਪਡੇਟ ਸਾਰੀ ਤੁਹਾਨੂੰ ਦਿੰਨੇਗੇ ਵੀ ਇਹਦੇ ਵਿੱਚ ਸ਼ਾਮ ਤੱਕ ਅੱਜ ਕੀ ਕੰਮ ਕੀਤੇ ਬਾਈ ਰੋਲਾ ਤੁਹਾਨੂੰ ਵੀ ਪਤਾ ਲੱਗ ਗਿਆ ਹੋਊ ਨਾ ਜੌਬ ਤੇ ਜਾ ਰਹੇ ਸੀਗੇ ਵੀ ਇਹ ਜਿਹੜਾ ਪੰਪ ਦੇ ਉੱਤੇ ਤੇਲ ਵਾਲਾ ਰੋਲਾ ਹੈ ਨਾ ਤੇ ਮੈਂ 2-4 ਪੰਪ ਮੈਂ ਪਿੱਛੇ ਛੱਡ ਚੁੱਕਿਆ ਮੈਨੂੰ ਹੈਲਦਰ ਤੇਲ ਨਹੀਂ ਮਿਲਿਆ ਤੇ ਗਿੰਨੀ ਨੇ ਥਾਰ ਦੀ ਟੈਂਕੀ ਫੁੱਲ ਕਰਾ ਰੱਖੀ ਹੈ ਪਰ ਮੈਂ ਤੁਹਾਨੂੰ ਹਾਲ ਦਿਖਾਉਣਾ ਪੈਟਰੋਲ ਪੰਪਾਂ ਦੇ ਉੱਤੇ ਕੀ ਹੋ ਰਿਹਾ ਹੈਗਾ ਦੇਖੋ ਆਹ ਹੈਗਾ ਆਪਣਾ ਪਹਿਲਾ ਪੰਪ ਠੀਕ ਹੈ ਪੂਰੇ 20 ਆ ਇਧਰੋਂ ਤਾਂ ਰੋਡ ਹੀ ਬੰਦ ਕਰਤਾ ਇਧਰੋਂ ਚੱਲੇ ਇਹਨਾਂ ਨਾਲ ਹੋ ਰਿਹਾ ਉਧਰਲੇ ਪਾਸੇ ਲਾਈਨ ਲੱਗੀ ਹੋਈ ਹੈ ਪੰਪ ਦੇ ਉੱਤੇ ਡੀਜ਼ਲ ਨਹੀਂ ਹੈਗਾ ਜੀ ਬੰਦ ਕਰਕੇ ਮਸ਼ੀਨਾਂ ਸਾਈਡ ਤੇ ਖੜੇ ਨੇ ਸਾਰੇ ਇਹ ਤਾਂ ਪੰਪ ਹੀ ਬੰਦ ਕਰਕੇ ਇਹਨਾਂ ਨੇ ਬੈਲੀਆਂ ਨੇ ਗੱਡੀਆਂ ਵਾਲੇ ਬਾਹਰ ਖੜੇ ਨੇ ਡੀਜ਼ਲ ਨਹੀਂ ਮਿਲ ਰਿਹਾ ਘੁਮਾ ਘੁਮਾ ਕੇ ਆ ਰਹੇ ਨੇ ਗੱਡੀਆਂ ਖੜੀਆਂ ਨੇ ਸਾਰੀਆਂ ਘੁਮਾ ਘੁਮਾ ਕੇ ਆ ਰਹੇ ਨੇ ਇਹ ਤਾਂ ਪਹਿਲਾ ਪੰਪ ਹੈ ਜਿਹੜਾ ਹਨਾ ਆਪਣੇ ਹੁਣ ਤੱਕ ਦੇਖੇ ਦੇਖੋ ਤੇਲ ਨਹੀਂ ਹੈਗਾ ਜੀ ਵੈਸੇ ਜਿਹੜਾ ਇਹ ਰੋਲਾ ਪੈ ਰਿਹਾ ਨਾ ਪੰਪ ਦੇ ਤੇਲ ਵਾਲਾ ਵੈਸੇ ਇੱਕ ਤਾਂ ਦੋ ਗੱਲਾਂ ਨੇ ਇੱਕ ਤਾਂ ਤੇਲ ਹੜਤਾਲ ਜਿਹੜੀ ਕਰੀ ਹੈ ਹਨਾ ਵੀ ਐਕਸੀਡੈਂਟ ਦੇ ਜੋ ਸਜ਼ਾ ਵਧਾਈ ਹੈਗੀ ਹਨਾ ਇੱਕ ਦੂਸਰਾ ਕਾਰਨ ਹੈਗਾ ਵੀ ਤੇਲ ਪੈਟਰੋਲ ਅਤੇ ਡੀਜ਼ਲ ਦਾ ਰੇਟ 10 ਰੁਪਏ ਸਸਤਾ ਹੋਣ ਵਾਲਾ ਹੈਗਾ ਅਤੇ ਇੱਕ ਕਾਰਨ ਉਹ ਵੀ ਹੈਗਾ ਪਰ ਐਂ ਵੀ ਜੇ 5-4 ਦਿਨ ਵੀ ਹਨਾ ਕਿ ਸਾਰਿਆਂ ਨੂੰ ਲੋਕਾਂ ਨੂੰ ਐਮਰਜੈਂਸੀ ਹੁੰਦੀ ਹੈ ਜੇ 5-4 ਦਿਨ ਵੀ ਐਵੇਂ ਰਹਿ ਗਿਆ ਨਾ ਐਂ ਨਾਲੋਂ ਵੀ ਹਾਹਾਕਾਰ ਮੱਚੀ ਹੈ ਨਾ ਅੱਜ ਹਲੇ ਪਹਿਲਾ ਦਿਨ ਹੈਗਾ ਅਤੇ ਗਾਹ ਪਿਆ ਪਿਆ ਬਾਈ ਹੈ ਨਾ ਪੂਰਾ ਸਾਰੇ ਪੰਪ ਫੁੱਲ ਹੋਏ ਪਏ ਨੇ ਅਤੇ ਕਿੱਡੀ ਕੁ ਜ਼ਰੂਰੀ ਚੀਜ਼ ਹੈ ਪੈਟਰੋਲ ਤੁਸੀਂ ਜਾਂ ਡੀਜ਼ਲ ਤੁਸੀਂ ਅੱਜ ਇਹ ਚੀਜ਼ ਨੂੰ ਫੀਲ ਕਰੋਗੇ ਨਾ ਪਹਿਲਾਂ ਆਪਾਂ ਡੇਲੀ ਰੂਟੀਨ 'ਚ ਆਪਾਂ ਫੀਲ ਨਹੀਂ ਕਰ ਪਾਏ ਅਤੇ ਅੱਜ ਫੀਲ ਹੋ ਰਿਹਾ ਵੀ ਕਿੱਡੀ ਕੁ ਜ਼ਰੂਰੀ ਚੀਜ਼ ਹੈ ਇੱਕ ਹੋਰ ਮੇਰੇ ਮੂਹਰੇ ਪੰਪ ਦੂਸਰਾ ਆ ਦੇਖੋ ਆ ਇੱਕ ਪੰਪ ਆ ਗਿਆ ਮੇਰੇ ਮੂਹਰੇ ਠੀਕ ਹੈ ਪੂਰੇ ਵੀ ਆ ਪਿੱਛੇ ਅੰਦਰ ਤੱਕ ਲਾਈਨਾਂ ਲੱਗੀਆਂ ਪਈਆਂ ਨੇ ਦੇਖੋ ਲਾਈਨਾਂ ਦੇਖ ਲਓ ਅੰਦਰ ਤੱਕ ਲੱਗੀਆਂ ਹੋਈਆਂ ਬਾਹਰ ਤੱਕ ਇੱਧਰ ਤੱਕ ਆ ਗਿਆ ਅੰਦਰ ਦੇਖੋ ਤੁਸੀਂ ਗਾਹ ਪਿਆ ਹੋਇਆ ਠੀਕ ਹੈ ਡੀਜ਼ਲ ਬੰਦ ਹੀ ਕਰ ਰੱਖਿਆ ਬਿਲਕੁਲ ਅਤੇ ਬੰਦ ਹੋਣਾ ਹੀ ਹੈਗਾ ਜਦੋਂ ਸਪਲਾਈ ਨਹੀਂ ਆ ਰਹੀ ਹੈਗੀ ਅਤੇ ਸਪਲਾਈ ਦਾ ਕਾਰਨ ਦੇ ਵਿੱਚ ਦੋ ਕਾਰਨ ਨੇ ਹੁਣ ਤੁਹਾਨੂੰ ਇਹ ਦੱਸਿਆ ਇੱਕ ਰੇਟ ਡੀਜ਼ਲ ਸਸਤਾ ਵੀ ਹੋ ਰਿਹਾ ਉਹਦੇ ਕਰਕੇ ਵੀ ਹੈ ਇੱਕ ਹੜਤਾਲ ਆ ਕੇ ਹੁਣ ਬਾਈ ਮੈਂ ਹੁਣ ਤੱਕ ਜਿਹੜੇ ਪੰਪ ਵਾਲੇ ਜਾਏ ਹੈਗਾ 7ਵਾਂ 8ਵਾਂ ਹੈਗਾ ਅਤੇ ਸਾਰਿਆਂ 'ਤੇ ਇਹੀ ਹਾਲ ਹੈ ਅਤੇ ਅੱਗੇ ਇੱਕ ਹੋਰ ਪੰਪ ਆ ਗਿਆ ਉਹਦੇ ਸਕੂਲ ਵਾਲੀਆਂ ਵੈਨਸ ਲੱਗੀਆਂ ਹੋਈਆਂ ਨੇ ਹੈ ਨਾ ਬਾਕੀ ਦੇਖੋ ਗੱਡੀਆਂ ਖੜੀਆਂ ਨੇ ਸਾਰੀਆਂ ਕਿੰਨੀ ਕੁ ਜ਼ਰੂਰੀ ਚੀਜ਼ ਹੈ ਯਾਰ ਬਿਜਲੀ ਅਤੇ ਆਇਲ ਅੱਜ ਪਤਾ ਲੱਗ ਰਿਹਾ ਹੈਗਾ ਸਾਰੀ ਦੁਨੀਆ ਖੜ ਜਾਣੀ ਆ ਬਾਈ ਸਾਰੀ ਦੁਨੀਆ ਅੱਜ ਇੰਨੀਆਂ ਭੱਜਣਾ ਪੈ ਰਹੀਆਂ ਜੇ ਤੇਲ ਨਾ ਮਿਲੇ ਨਾ ਆਹ ਤਾਂ ਟੈਲ ਉਹੀ ਲੈ ਕੇ ਆ ਗਿਆ ਟੈਂਕਰ ਹੀ ਲੈ ਕੇ ਆ ਗਿਆ ਦੇਖ ਲਓ ਕਿੰਨੀ ਕੁ ਜ਼ਰੂਰੀ ਚੀਜ਼ ਆ ਹੁਣ ਉਹ ਤੁਹਾਡੇ ਸਾਹਮਣੇ ਦਿਖ ਰਹੀ ਆ ਦੇਖੋ ਉੱਥੇ ਗਾਹ ਪੈ ਰਿਹਾ ਹੋਊ ਕਿੰਨੇ ਕੁ ਨੂੰ ਤੇਲ ਪਾ ਦੇਣਗੇ ਰੋਲਾ ਪੈ ਰਿਹਾ ਪੂਰਾ ਮੋਟਰਸਾਈਕਲ ਸਕੂਟਰ ਸਭ ਖੜ ਜਾਣਾ ਹੈਗਾ ਹੋਏ 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 ਦੇਖੋ ਹਾਲਤ ਸਾਰੀ ਦੁਨੀਆ ਖੜ ਜਾਣੀ ਆ ਬਾਈ ਜੇ ਆ 2-4 ਦਿਨ ਹਨਾ ਨਾ ਚੱਲਿਆ ਸਕੂਟਰ ਮੋਟਰਸਾਈਕਲ ਖੜ ਜਾਣੇ ਨੇ ਸਭ ਕੁਝ ਖੜ ਜਾਣੇ ਅਤੇ ਕਿੰਨੇ ਕੁ ਡਿਪੈਂਡ ਹੋਏ ਪਏ ਹਾਂ ਆਪਾਂ ਇਹ ਚੀਜ਼ਾਂ ਦੇ ਉੱਤੇ ਅਤੇ ਇਹ ਚੀਜ਼ਾਂ ਦਾ ਕੰਟਰੋਲ ਕਿੰਨਾ ਦੇ ਹੱਥ 'ਚ ਹੈ ਜਿਹਦੇ ਹੱਥ 'ਚ ਕੰਟਰੋਲ ਹੈ ਉਹ ਰਾਜਾ ਦੁਨੀਆ ਦਾ ਅਤੇ ਕੁਛ ਵੀ ਕਰਵਾ ਸਕਦਾ ਜਿਹਦੇ ਹੱਥ ਦੇ ਵਿੱਚ ਅੱਜ ਦੇ ਟਾਈਮ 'ਚ ਬਿਜਲੀ ਅਤੇ ਤੇਲ ਹੈ ਨਾ ਅਤੇ ਸਰਕਾਰਾਂ ਨੂੰ ਬਿਆਨ ਕੋਈ ਨਾ ਕੋਈ ਅੱਜ ਆ ਜਾਣਾ ਚਾਹੀਦਾ ਯਾਰ ਅਤੇ ਇੱਧਰ ਪੰਜਾਬ ਸਰਕਾਰ ਦਾ ਵੀ ਆ ਜਾਣਾ ਚਾਹੀਦਾ ਜਿਹੜੇ ਹਿਸਾਬ ਨਾਲ ਲੋਕਾਂ 'ਚ ਹੜਕੰਬ ਬਚਿਆ ਹੋਇਆ ਨਾ ਵੀ ਨਾ ਭੱਜਣਾ ਪਾਉਣ ਵੀ ਕੋਈ ਨਾ ਕੋਈ ਸਰਕਾਰ ਹੱਲ ਕਰੇ ਜੇ ਟੈਂਟਰਾਂ ਦੀ ਉਹਦੀ ਉਹ ਹੜਤਾਲ ਹੈ ਤਾਂ ਵੀ ਇੰਨੇ ਜੋ ਚਿੰਤਾ ਰਹੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਚਾਹੇ MLA ਨੇ ਇਲਾਕੇ ਦੇ ਹਰੇਕ ਨੂੰ ਆਪਣੇ ਬੋਲਣਾ ਚਾਹੀਦਾ 4 ਵਰਡ ਬੋਲ ਦੇਣ ਮੈਨੂੰ ਲੱਗਦਾ ਸਾਰਿਆਂ ਨੂੰ ਆਪਦੀਆਂ ਗੱਡੀਆਂ ਦੀ ਪਿਆ ਹੋਊਗਾ ਪਹਿਲਾਂ ਹਾਲ ਤੱਕ ਤਾਂ ਵੀ ਕਦੋਂ ਫੁੱਲ ਕਰਾਈਏ ਬਹੁਤ ਬੁਰਾ ਹਾਲ ਹੈ ਬਾਈ ਚਲੋ ਆਪਾਂ ਤਾਂ ਕਰਦੇ ਹਾਂ ਆਪਦੇ ਕੰਮ ਕਰ ਸ਼ਾਮ ਨੂੰ ਦਿਖਾਉਂਦੇ ਹਾਂ ਹਾਲਾਤ ਤੁਹਾਨੂੰ ਹੋਰ ਕੀ ਬਣਦਾ ਅਤੇ ਲਓ ਬਾਈ ਦੇਖੋ ਖਤਰੋਂ ਕੇ ਖਿਲਾੜੀ ਆਹ ਦੇਖੋ ਪਹਿਲਾਂ ਤਾਂ ਅਤੇ ਹੁਣ ਪੰਪ 'ਤੇ ਦੇਖੋ ਲਾਈਨ ਲੱਗੀ ਹੋਈ ਆਪਾਂ ਚੱਲਦੇ ਹਾਂ ਘਰੇ ਉਰੇ ਖੜਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਉਹ ਤਾਂ ਐਂ ਨਹੀਂ ਪਤਾ ਟਾਈਮ ਹੀ ਕਿੰਨਾ ਲੱਗ ਜਾਏ ਉਹ ਦੇਖੋ ਸਾਹਮਣੇ ਲਾਈਨ ਲੱਗੀ ਹੋਈ ਉਹ ਜਦੋਂ ਨੂੰ ਵਾਰੀ ਆਊਗੀ ਉਦੋਂ ਨੂੰ ਕਹਿਣਗੇ ਤੇਲ ਖਤਮ ਹੋ ਗਿਆ ਜੀ ਚਲੋ ਜੀ ਘਰੇ ਜਾ ਕੇ ਤੁਹਾਨੂੰ ਕੰਮ ਕਰ ਦਿਖਾਉਣੇ ਕੀ ਅਪਡੇਟ ਅੱਜ ਕੀ ਕਰ ਸਕੇ ਅੱਜ ਕੰਮ ਦਾ ਸਾਰੇ ਦਿਨ ਦਾ ਉਹ ਦਿਖਾਉਣੇ ਤੁਹਾਨੂੰ ਆ ਇੱਕ ਗੱਡੀ ਖਾਲੀ ਕਰਕੇ ਖੜਾ ਦਿੱਤੀ ਹੈਗੀ ਅਤੇ ਇੱਧਰ ਇਹਨੂੰ ਠੰਡ ਹੀ ਨਹੀਂ ਲੱਗਦੀ ਉਹ ਮੇਰਾ ਤਾਂ ਮੈਨੂੰ ਤਾਂ ਕੰਬਾ ਚੜਿਆ ਪੈਗਾ
ਇਹਨੂੰ ਠੰਡ ਹੀ ਨਹੀਂ ਲੱਗਦੀ। ਕਹਿੰਦਾ ਥਾਰ ਕਹਿੰਦਾ ਸਾਫ ਹੀ ਸੋਹਣੀ ਲੱਗਦੀ ਹੈ ਥਾਰ, ਹੈ ਵੀ ਗੰਦੀ। ਇਹ ਰੰਗ ਇਹੋ ਜਿਹਾ ਕੋਈ ਵੀ ਹੈ, ਕਾਲਾ ਰੰਗ ਵੀ ਬਹੁਤ ਗੰਦਾ ਹੁੰਦਾ, ਇਹ ਵੀ ਗੰਦਾ ਹੁੰਦਾ ਗਾ। ਚਲੋ ਤੇ ਬਾਈ ਵਰਕਸ਼ਾਪ ਦੇ ਵਿੱਚ ਆਪਣੇ ਫੋਰਡ ਆਪਣੇ ਵਾਲਾ ਜਿਹੜਾ ਲੈ ਕੇ ਆਏ ਸੀ, ਇਹਦੇ ਵਿੱਚ ਟਾਇਰ ਇਹ ਸਵੇਰੇ ਤੁਸੀਂ ਦੇਖ ਹੀ ਲਿਆ ਸੀਗਾ ਵੀ ਕੀ ਕੰਮ ਹੋਏ ਸੀਗੇ। ਤੇ ਹੁਣ ਤੁਹਾਨੂੰ ਗਾਹ ਕਿੰਨਾ ਪਾਰਕ ਹੈ, ਉਹ ਕਿੱਡਾ ਗਾਹ ਪਾਰਕ ਹੈ। ਬਬਲੂ ਕੀ ਕੀਤਾ ਹੋਇਆ ਤੂੰ, ਇਹ ਖਲਾਰੇ ਹੀ ਖਲਾਰੇ ਪਾਰਕ ਨੇ। ਚਲੋ ਹੁਣ ਤੁਹਾਨੂੰ ਮੈਂ ਦਿਖਾਉਣਾ ਹੈਗਾ ਕੰਮ ਇਹਨਾਂ ਨੇ ਸਵੇਰ ਦਾ ਕੀ ਕੀਤਾ। ਇਹਦਾ ਸਭ ਤੋਂ ਪਹਿਲਾਂ ਸਵੇਰੇ ਲਿਫਟ ਲੱਗਣ ਵਾਲੀ ਸੀਗੀ, ਠੀਕ ਹੈ। ਲਿਫਟ ਤੁਹਾਨੂੰ ਮੈਂ ਰੈਸੀਵੇਟਰ ਦਿਖਾਤਾ ਸੀਗਾ, ਉਹ ਫਿੱਟ ਕਰਕੇ ਲਿਫਟ ਆਪਾਂ ਇਹਦੇ ਲਾ ਦਿੱਤਾ ਹੈਗਾ। ਸਾਰੇ ਨਟ ਅਮਨ ਸਾਰੇ ਨਟ ਨੁਟ ਸਾਰੇ ਨਾਲ ਦੇ ਸੀ ਨਾ ਇਹਦੇ, ਉਹ ਵੱਡੇ ਵਾਲੇ ਪਾਏ ਨੇ, ਕੋਈ ਜਗਾੜ ਤਾਂ ਨੀ ਲਾਇਆ, ਨਟ ਨੁਟ ਸਾਰੇ ਸਹੀ ਨੇ, ਠੀਕ ਹੈ। ਤੇ ਬਾਈ ਲਿਫਟ ਦਾ ਕੰਮ ਹੋ ਚੁੱਕਿਆ, ਠੀਕ ਹੈ। ਇੱਕ ਵਾਰ ਲਿਫਟ ਸਾਰੇ ਫਿੱਟ ਹੋ ਚੁੱਕੇ, ਲਿਫਟ ਆਪਾਂ ਕਲੱਚ ਗੇਅਰ ਮੈਂ ਤੁਹਾਨੂੰ ਸਵੇਰੇ ਦਿਖਾਤਾ ਸੀਗਾ, ਡਬਲ ਕਲੱਚ ਡੂਅਲ ਕਲੱਚ ਕਹਿੰਦੇ ਡੂਅਲ ਕਲੱਚ, ਟਾਇਰ ਇਹਦੇ ਫਿੱਟ ਹੋ ਚੁੱਕੇ ਨੇਗੇ। ਹਲੇ ਟੈਸਟਿੰਗ ਕਰਾਂਗੇ ਉਦੋਂ ਤੱਕ ਇਹੀ ਟਾਇਰ ਚੱਲਣਗੇ, ਉਸ ਤੋਂ ਬਾਅਦ ਇਹਦੇ ਪੈਣਗੇ 14 ਦੇ ਟਾਇਰ, ਠੀਕ ਹੈ। ਅਤੇ ਆਹ ਮੂਢਲੇ ਟਾਇਰ ਫਿੱਟ ਹੋ ਚੁੱਕੇ ਨੇ, ਪਾਵਰ ਸਟੇਅਰਿੰਗ ਦਾ ਹਿੱਸਾ ਫਿੱਟ ਹੋ ਚੁੱਕਿਆ ਹੈਗਾ, ਪਾਵਰ ਸਟੇਅਰਿੰਗ ਲੱਗ ਚੁੱਕਿਆ, ਮੂਢਲੀ ਆਹ ਪਲੇਟ ਲੱਗ ਚੁੱਕੀ ਹੈਗੀ। ਅਤੇ ਟਾਈਮਿੰਗ ਪਲੇਟ ਬਾਈ ਉਰੇ ਆਹ ਪਲੇਟ ਲੱਗਦੀ, ਤੁਹਾਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਨਾ, ਉਰੇ ਸੁਰਾਖ ਕਢਾਉਣਾ ਪੈਂਦਾ ਜਾਂ ਸੁਰਾਖ ਵਾਲੀ ਪਲੇਟ ਲਾਉਣੀ ਪੈਂਦੀ ਹੈ, ਫਿਰ ਜਾ ਕੇ ਪਾਵਰ ਸਟੇਅਰਿੰਗ ਵਾਲਾ ਪੰਪ ਫਿੱਟ ਹੁੰਦਾ ਹੈਗਾ, ਪਾਵਰ ਸਟੇਅਰਿੰਗ ਦੀ ਫਿਟਿੰਗ ਹੋਊਗੀ। ਅਤੇ ਹੁਣ ਅਗਲਾ ਸਟੈਪ ਹੈਗਾ ਇਹਦਾ, ਜਿਹੜਾ ਸਟੈਂਡ ਆਉਂਦਾ ਨਾ, ਇਹ ਜੈਨੂਅਨ ਅਸਲੀ ਸਟੈਂਡ ਹੀ ਪ੍ਰੋਪਰ, ਜੇ ਸ਼ੋਅ ਫਿੱਟ ਕਰਨੀ ਹੈ ਤਾਂ ਓਰੀਜਨਲ ਸਟੈਂਡ ਹੀ ਲੈਣਾ ਪਊਗਾ, ਤਾਂ ਹੀ ਇਹ ਸ਼ੋਅ ਫਿੱਟ ਹੋਊਗੀ। ਇਹਦੇ ਵਿੱਚ ਕਾਪੀ ਵੀ ਆਉਂਦੇ ਨੇਗੇ, ਅਤੇ ਇਹ ਓਰੀਜਨਲ ਕੰਪਨੀ ਵਾਲਾ ਈ ਟੋਪ ਦਾ ਸਟੈਂਡ ਹੈਗਾ, ਆਇਰੀ ਪੈਕਿੰਗ ਹੈ, ਠੀਕ ਹੈ ਜੀ। ਇਹਦੀ ਐੱਮ ਆਰ ਪੀ ਵੀ ਹੋਊਗੀ ਇਹਦੇ ਉੱਤੇ 1922 ਰੁਪਏ 10-23, ਹਾਂਜੀ 1922, ਇਹ ਨਿਕਲਿਆ ਹੀ ਹੋਊਗਾ, 2000 ਦਾ ਹੈਗਾ ਹੁਣ ਇਸ ਟਾਈਮ, ਠੀਕ ਹੈ ਜੀ। ਆਹ ਸਟੈਂਡ ਹੈ, ਅਤੇ ਇਹ ਸਟੈਂਡ ਨਾਲ ਆਰ ਪੀ ਡੋਲ ਉਰੇ ਲੱਗੂ, ਜਦੋਂ ਆਰ ਪੀ ਡੋਲ ਮੋਟਰ ਲੱਗੂ ਨਾ, ਸਟੇਅਰਿੰਗ ਮੋਟਰ ਕਹਿੰਦੇ ਆਪਾਂ ਨੂੰ, ਅਤੇ ਉਹ ਲੱਗੂਗਾ। ਅਤੇ ਉਸ ਤੋਂ ਬਾਅਦ ਜਦੋਂ ਉੱਪਰ ਸ਼ੋਅ ਲੱਗੂਗੀ ਉਹਦੀ, ਆਹ ਸੁਰਾਖ ਵਾਲੀ ਫਿਟਿੰਗ ਪੂਰੀ ਪ੍ਰੋਪਰ ਸਹੀ ਆ ਜੂਗੀ ਉਹਦੇ ਨਾਲ। ਅਤੇ ਕਾਫੀ ਕੰਮ ਖਿੱਚਿਆ ਗਿਆ, ਫਿਰ ਵੀ ਜਿੰਨਾ ਕੁ ਹੋਇਆ ਅੱਜ ਕਾਫੀ ਕੰਮ ਖਿੱਚਿਆ ਗਿਆ। ਹੁਣ ਬਬਲੂ ਜੀ ਵਾਟਰ ਬੋਡੀ ਫਿੱਟ ਕਰਨ ਲੱਗੇ ਹੋਏ ਨੇ, ਵਾਟਰ ਬੋਡੀ ਆਹ ਪੁਰਾਣੀ ਹੈ, ਠੀਕ ਹੈ। ਨਵੀਂ ਵਾਟਰ ਬੋਡੀ ਕਿਹੜੀ ਲਾ ਰਹੇ ਹੋ, ਯੂਜ਼ ਕਰ ਰਹੇ ਹੋ, ਦਿਖਾਇਓ ਮੈਨੂੰ ਆਪਣਾ ਵਾਟਰ ਬੋਡੀ, ਦਿਖਾਓ ਕਿਹੜੀ ਤੁਸੀਂ ਯੂਜ਼ ਕਰਦੇ ਹੋ। ਆਹ ਵਾਟਰ ਬੋਡੀ ਹੈ ਬਾਈ, ਠੀਕ ਹੈ ਜੀ। ਇਹ ਵਾਟਰ ਬੋਡੀ ਵੀ ਈ ਟੋਪ ਦੀ ਓਰੀਜਨਲ ਫਾਰਮ ਟਰੈਕ ਦੀ ਵੀ ਆਪਾਂ ਯੂਜ਼ ਕਰ ਰਹੇ ਹਾਂਗੇ। ਇਹਦੀ ਐੱਮ ਆਰ ਪੀ ਦਿਖਾਓ ਜੀ, ਇੱਧਰ 3199 ਰੁਪਏ ਦੀ, 11-23 ਦੀ ਐੱਮ ਇਹਦੀ ਜਿਹੜੀ ਰੇਟ ਹੈਗੀ, 3199 ਰੁਪਏ ਦੀ ਇਹ ਵਾਟਰ ਬੋਡੀ ਹੈ, ਓਰੀਜਨਲ ਇਹ ਵਾਟਰ ਬੋਡੀ ਹੈ। ਅਤੇ ਇੱਕ ਇੱਕ ਪਾਰਟ ਓਰੀਜਨਲ ਜੇ ਲੱਗ ਰਹੇਗਾ ਤਾਂ ਫਿਰ ਜਾ ਕੇ ਟਰੈਕਟਰ ਦੀ ਗੱਲ ਬਣਨੀ, ਇਹਨੂੰ ਕਵਰ 'ਚੋਂ ਕੱਢ ਕੇ ਦਿਖਾਈ ਇਹਦੀ ਕੁਆਲਿਟੀ ਕੀ ਆਉਂਦੀ ਹੈਗੀ। ਦੇਖੋ ਬਾਈ ਆਹ ਕੁਆਲਿਟੀ ਆਉਂਦੀ ਓਰੀਜਨਲ ਦੀ ਕੰਪਨੀ ਦੀ, ਹੋਰ ਦੱਸੋ। ਅਤੇ ਇਹੀ ਐਂ ਲਾ ਲਓ ਵੀ 1500-2000 ਤੱਕ ਵੀ ਮਿਲ ਜਾਂਦੀਆਂ ਨੇਗੀਆਂ ਇਹ ਚੀਜ਼ਾਂ, ਹਾਂ ਹਾਂ। ਹੁਣ ਰੇਟ ਵੱਧ ਗਏ ਨਾ ਆਪਾਂ, ਜਾਂ ਟਰੈਕਟਰਾਂ ਦੇ ਰੇਟ ਵੀ ਮਹਿੰਗੇ ਕਰੀਏ ਥੋੜ੍ਹੇ ਜਿਹਾ ਨਾ ਮੋਡੀਫਾਈ ਕਰਨ ਦੇ। ਇਹ ਜਿਹੜੀ ਰੇਟ ਆਹ ਲਾ ਲਓ ਇਹੀ ਓਰੀਜਨਲ, ਪਹਿਲਾਂ 2200 ਰੁਪਏ ਦੀ ਆਉਂਦੀ ਸੀ, ਹੁਣ 3100 ਰੁਪਏ ਦੀ ਆ ਰਹੀ ਹੈ ਤੁਹਾਨੂੰ, ਇਹਨਾਂ ਰੇਟਾਂ ਦਾ ਫਰਕ ਪੈ ਚੁੱਕਿਆ ਬਾਈ। ਅਤੇ ਹਿਸਾਬ ਕਿਤਾਬ ਤਾਂ ਹੀ ਡਾਵਾਡੋਲ ਹੋਇਆ ਪਿਆ। ਇੱਕ ਆ ਡੀਜ਼ਲ ਪੰਪ ਅੱਜ ਵਾਲਾ, ਡੀਜ਼ਲ ਪੰਪ ਹੋ ਕੇ ਆ ਚੁੱਕਿਆ ਬਾਈ। ਅਤੇ ਪੰਪ ਆ ਤੁਹਾਡੇ ਸਾਹਮਣੇ ਹੈਗਾ, ਇਹਦਾ ਫੋਰਡ 3000 ਦੇ ਪੰਪ ਲੱਗਣਾ ਹੈਗਾ, ਡੈਫਰਮ ਵਾਲਾ ਪੰਪ ਲੱਗਣਾ, ਐਡਵਾਂਸ ਡੀ ਆਈ ਕੀਤਾ ਹੈਗਾ ਇਹਦੇ ਲਈ, ਠੀਕ ਹੈ। ਉਸੇ ਹਿਸਾਬ ਨਾਲ ਹੀ ਇਹਦੀ ਫਿਟਿੰਗ ਹੁੰਦੀ ਹੈਗੀ, ਅਤੇ ਤੁਹਾਡੇ ਸਾਹਮਣੇ ਬਾਕੀ ਨਵਾਂ ਕੰਮ ਹੋ ਕੇ ਪੰਪ ਦੇ ਸਾਰਾ, ਮਾਈਕੋ ਦਾ ਪੰਪ ਦੁਬਾਰੇ ਸਾਰਾ ਰਿਪੇਅਰ ਹੋ ਕੇ ਦੁਬਾਰੇ ਹੋ ਕੇ ਆਪਣੇ ਕੋਲ ਆ ਚੁੱਕਿਆ ਪੰਪ, ਡੀਜ਼ਲ ਪੰਪ। ਇਹੀ ਅਸਲੀ ਦਿਲ ਹੈ ਜਿਹਨੇ ਫੋਰਡ ਨੂੰ ਆਵਾਜ਼ ਵੀ ਫੋਰਡ ਵਾਲੀ ਦੇਣੀ ਹੈਗੀ, ਅਤੇ ਜ਼ੋਰ ਵੀ ਫੋਰਡ ਦਾ ਵਧੀਆ ਮਰਵਾਉਣਾ, ਇਹ ਚੀਜ਼ ਨੇ ਮਰਵਾਉਣਾ, ਇਹ ਤੋਂ ਬਿਨਾਂ ਜ਼ੀਰੋ ਹੈ। ਜੇ ਇਹ ਕੰਮ ਸਹੀ ਨਹੀਂ ਹੋਇਆ, ਤੁਹਾਡਾ ਡੀਜ਼ਲ ਪੰਪ ਸਹੀ ਨਹੀਂ ਹੈਗਾ, ਤਾਂ ਤੁਹਾਡਾ ਸਾਰਾ ਪੈਸਾ ਲੱਗਿਆ ਜ਼ੀਰੋ ਹੈ। ਅਤੇ ਬਾਕੀ ਬਾਈ ਲਗਭਗ ਕਾਫੀ ਕੰਮ ਖਿੱਚਿਆ ਗਿਆ, ਬਬਲ ਵੀ ਲੱਗੇ ਹੋਏ ਨੇ ਵਾਟਰ ਬੋਡੀ ਦੇ, ਪੱਖੇ ਵਾਲੇ ਨਟ ਖੋਲਣ, ਪੱਖਾ ਅਤੇ ਦੂਸਰੀਆਂ ਚੀਜ਼ਾਂ ਨੇ, ਫੈਨ ਨਵਾਂ, ਅੰਦਰਲੀ ਬੋਡੀ ਵੀ ਨਵੀਂ ਲੈਣੀ ਪਊ ਸਾਰੀ। ਕੁੱਲ ਮਿਲਾ ਕੇ ਬਾਈ ਆਹ ਸਾਰੇ ਕੰਮ ਅੱਜ ਹੋ ਰਹੇ ਨੇ, ਬਾਕੀ ਹਾਲੇ ਚੱਲ ਰਹੇ ਕੰਮ। ਅਤੇ ਆਪਾਂ ਡੀਜ਼ਲ ਲੱਭ ਰਹੇ ਹਾਂ ਬਾਈ, ਡੀਜ਼ਲ ਕਿਹੜੇ, ਕੋਈ ਪੰਪ ਖੁੱਲ੍ਹਾ ਹੋਵੇ ਤਾਂ ਸਵਿਫਟ ਦੀ ਟੈਂਕੀ ਫੁੱਲ ਕਰਾਏਗੀ, ਕੋਈ ਪਤਾ ਨਹੀਂ ਹੈਗਾ ਮਾਹੌਲ ਦਾ ਨਾ,
ਬਾਦ ਵੀ ਸਕਦਾ ਹੈਗਾ ਜੇ ਜੇ ਐ ਲਾ ਲਓ ਵੀ 2 ਦਿਨ ਹੋਰ ਚੱਲ ਗਈ ਸਾਰੀਆਂ ਸਬਜ਼ੀਆਂ ਦਾਲਾਂ ਸਭ ਕੁਝ ਹੀ ਮਹਿੰਗਾ ਹੋ ਜਾਣਾ ਇੱਕ ਨਾ ਨਾ ਤਾਂ ਮੈਂ ਕਦੇ ਹਾਇਆਬੂਸਾ ਤੇ ਰਿਵਿਊ ਬਣਾ ਸਕਿਆ ਹਨਾ ਵੀ ਕੀ ਚੀਜ਼ ਹੈ ਕਿਵੇਂ ਚੱਲਦਾ ਨਾ ਕਦੇ ਮੈਂ ਥਾਰ ਤੇ ਬਣਾ ਸਕਿਆ ਜਦੋਂ ਦੀ ਆਪਾਂ ਥਾਰ ਲਈ ਹੈਗੀ ਵੀ ਇਹਨੇ 4x2 ਹੈ ਹਨਾ ਵੀ ਇਹ 22 ਇੰਚ ਪਵਾ ਰੱਖੇ ਨੇ ਹੁਣ ਤਾਂ ਵੀ ਇਹਦੀ ਪਰਫੋਰਮੈਂਸ ਕੀ ਹੈ ਕੋਈ ਟਾਈਮ ਹੀ ਨਹੀਂ ਲੱਗ ਰਿਹਾ ਯਾਰ ਉਸ ਚੀਜ਼ ਦਾ ਹਨਾ ਅਤੇ ਉਹ ਚੀਜ਼ਾਂ ਦੇ ਵੀ ਵੀਡੀਓ ਲੈ ਕੇ ਆਵਾਂਗੇ ਉਹ ਚੀਜ਼ਾਂ 'ਤੇ ਮੈਂ ਜਲਦੀ ਵੀਡੀਓ ਤੁਹਾਨੂੰ ਪਾਊਂਗਾ ਮੈਂ 9000 ਚੱਲ ਚੁੱਕੀ ਹੈ ਥਾਰ ਚੁੱਕੀ ਆਪਣੀ ਅਤੇ ਫਸਟ ਸਰਵਿਸ ਤੋਂ ਬਾਅਦ ਪਹਿਲਾਂ ਸਰਵਿਸ ਕਰਾ ਲਈ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰਾ ਦੱਸਦਾ ਵੀ ਕਿੰਨਾ ਖਰਚਾ ਪੈ ਰਿਹਾ ਇਹਦਾ ਅਤੇ ਕਿਤੇ ਲੋਡ ਮੰਨਦੀ ਹੈ ਨਹੀਂ ਮੰਨਦੀ ਉਹ ਚੀਜ਼ਾਂ ਦਾ ਵੀ ਹੈ ਨਾ ਸਾਰੀਆਂ ਚੀਜ਼ਾਂ ਦੀ ਮੈਂ ਤੁਹਾਨੂੰ ਵੀਡੀਓ ਦਿਖਾਊਂਗਾ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਪੂਰੀ ਥਾਰ ਦਾ ਰਿਵਿਊ ਦੇਵਾਂਗੇ ਮੈਂ ਪਹਾੜਾਂ 'ਚ ਵੀ ਜਾਇਆ ਇਹਦੇ 'ਚ ਇਹਦੇ 'ਤੇ ਠੀਕ ਹੈ ਪੁੱਠੇ ਸਿੱਧੇ ਰਸਤਿਆਂ 'ਤੇ ਆਫ ਰੋਡਿੰਗ ਵਾਲੇ ਰਸਤਿਆਂ 'ਤੇ ਵੀ ਜਾਇਆ ਸਾਰਾ ਬਹੁਤ ਕੁਛ ਬਹੁਤ ਥਾਵੇਂ ਜਾ ਚੁੱਕੇ ਹੈਗੇ 9000 ਚਲਾਤੀ ਯਾਰ 2 ਕੁ ਮਹੀਨੇ 'ਚ ਹੀ ਅਤੇ ਹਾਂਜੀ ਵੀਰੇ ਹੁਣ ਅਸੀਂ ਆ ਗਏ ਸੀਗੇ ਬਾਜ਼ਾਰ ਅਤੇ ਬਾਜ਼ਾਰ ਜਿਹੜੀ ਆਪਣੀ ਵਰਕਸ਼ਾਪ ਦੇ ਵਿੱਚ ਕੰਮ ਚੱਲ ਰਿਹਾ ਨਵਾਂ ਤੁਹਾਨੂੰ ਦਿਖਾਇਆ ਸੀ ਮੈਂ ਕੱਲ੍ਹ ਵਾਲੀ ਵੀਡੀਓ 'ਚ ਪੇਂਟ ਹੋਇਆ ਨਾ ਅਤੇ ਹੁਣ ਆਪਾਂ ਨੇ ਉੱਥੇ ਬਿਜਲੀ ਵਾਲਾ ਕੰਮ ਲਾਈਟਾਂ ਲੂਟਿੰਗ ਦਾ ਕੰਮ ਚੱਲਣਾ ਅਤੇ ਇਹਦੇ ਲਈ ਸਮਾਨ ਲੈਣ ਆਏ ਸੀਗੇ ਰਣਵੀਰ ਸਿੰਘ ਕੈਸੇ ਹੋ ਵਧੀਆ ਚੈਨਲ ਸਬਸਕ੍ਰਾਈਬ ਕਰ ਲਓ ਕਹਿੰਦੇ ਵੀਡੀਓ ਹੁਣ ਰੋਜ਼ ਆਉਣਗੀਆਂ ਅਤੇ ਚਲੋ ਬਾਈ ਆ ਤੇਲ ਦੀ ਟੈਂਕੀ ਆਪਣੀ ਹਾਲੇ ਤੱਕ ਲਾਈਟ ਚੱਲੀ ਹੋਈ ਹੈਗੀ ਦੇਖਦੇ ਹਾਂ ਕਦੋਂ ਆਪਾਂ ਨੂੰ ਡੀਜ਼ਲ ਮਿਲ ਪਾਉਂਦਾ ਹੈਗਾ ਨਹੀਂ ਫਿਰ ਥਾਰ ਚੱਕਾਂਗੇ ਥਾਰ ਜਿੰਨੇ ਦਿਨ ਡੀਜ਼ਲ ਨਹੀਂ ਆਉਂਦਾ ਧਿਆਨ ਰੱਖੋ ਸਾਰੇ ਆਪਣਾ ਘਰੇ ਰਹੋ ਪੈਟਰੋਲ ਨਾ ਫੂਕੋ ਤੇਲ ਨਾ ਫੂਕੋ ਡੀਜ਼ਲ ਨਾ ਫੂਕੋ ਬਾਈ ਫੈਮਿਲੀ ਨਾਲ ਇੰਜੋਏ ਕਰੋ ਮਿਲਦੇ ਹਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ